ਇੱਕ ਔਰਤ ਨੇ ਸੜਕ ਦੇ ਵਿਚਾਲੇ ਖੂਬ ਡਰਾਮਾ ਕੀਤਾ ਤੇ ਇਕੱਲੀ ਨੇ ਹੀ ਸਾਰੀ ਸੜਕ ਜਾਮ ਕਰ ਦਿੱਤੀ, ਜਿਸ ਕਾਰਨ ਰਾਹਗੀਰਾਂ ਨੂੰ ਵੀ ਕਾਫੀ ਪਰੇਸ਼ਾਨੀ ਹੋਈ ਤੇ ਕਾਫੀ ਦੇਰ ਤੱਕ ਇਹ ਔਰਤ ਚੁੱਪ ਚਾਪ ਸੜਕ ਦੇ ਵਿਚਾਲੇ ਚੌਂਕੜੀ ਮਾਰ ਕੇ ਬੈਠੀ ਰਹੀ, ਜਿਸ ਤੋਂ ਬਾਅਦ ਲੋਕਾਂ ਨੇ ਇਸ ਔਰਤ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਮਹਿਲਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਪਰ ਇਹ ਔਰਤ ਸੜਕ ਵਿਚਾਲੇ ਕਿਉਂ ਬੈਠੀ ਇਹ ਵੀ ਦੱਸਦੇ ਹਾਂ। ਦਰਅਸਲ ਇਸ ਮਹਿਲਾ ਦਾ ਨਾਮ ਸਵਿਤਾ ਹੈ, ਜੋ ਆਪਣੇ ਪਰਿਵਾਰ ਦੇ ਨਾਲ ਕਿਰਾਏ ਦੇ ਮਕਾਨ ਤੇ ਰਹਿੰਦੀ ਹੈ ਤੇ ਉਸ ਮਕਾਨ ਨੂੰ ਮਕਾਨ ਮਾਲਕ ਨੇ ਵੇਚ ਦਿੱਤਾ ਅਤੇ ਜਿਨ੍ਹਾਂ ਲੋਕਾਂ ਨੇ ਇਹ ਮਕਾਨ ਖਰੀਦਿਆ ਉਹ ਇਸ ਨੂੰ ਖਾਲੀ ਕਰਨਾ ਚਾਹੁੰਦੇ ਨੇ, ਪਰ ਔਰਤ ਮਕਾਨ ਖਾਲੀ ਕਰਨ ਲਈ ਤਿਆਰ ਨਹੀਂ ਹੈ ਅਤੇ ਇਸ ਮਕਾਨ ਉੱਤੇ ਔਰਤ ਵੱਲੋਂ ਕਬਜ਼ਾ ਕੀਤਾ ਹੋਇਆ ਅਤੇ ਇਸ ਜ਼ਿੱਦ ਦੇ ਵਿੱਚ ਹੀ ਇਹ ਔਰਤ ਤਪਦੀ ਧੁੱਪ ਦੇ ਵਿੱਚ ਸੜਕ ਤੇ ਆ ਬੈਠੀ, ਜਿਸ ਤੋਂ ਬਾਅਦ ਇਸ ਔਰਤ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ। ਭੁਵਨੇਸ਼ਵਰੀ ਦਾ ਘਰਵਾਲੇ ਦਾ ਨਾਂ ਹੈ, ਸਵਿਤਾ ਜੀ ਦਾ ਨਾਂ ਹੈ ਤੇ ਜਿਹੜੇ ਪਲਾਟ 'ਚ ਰਿਹਾ ਕਰਦੇ ਹੈ ਇਹ ਧੱਕੇ ਨਾਲ ਉੱਥੇ ਕਬਜ਼ਾ ਕਰਨਾ ਚਾਹੁੰਦੇ ਇਹ। ਜਿਹੜਾ ਉਹ ਪਲਾਟ ਹੈ, ਜਿਹੜਾ ਮਾਲਕ ਹੈ ਉਹਨਾਂ ਨੇ ਪਲਾਟ ਅੱਗੇ ਵੇਚ ਦਿੱਤਾ। ਹੁਣ ਉਹਨਾਂ ਨੇ ਪਿਆਰ ਨਾਲ ਕਈ ਵਾਰੀ ਕਿਹਾ ਕਿ ਦੇਖ ਲਓ ਤੁਸੀਂ ਖਾਲੀ ਕਰ ਦਿਓ, ਤੁਸੀਂ ਹੋਰ ਜਗ੍ਹਾ ਸ਼ਿਫਟ ਹੋ ਜਾਓ। ਇਹ ਸ਼ਿਫਟ ਨਹੀਂ ਹੋ ਰਹੇ, ਨਾ ਹੀ ਮਕਾਨ ਖਾਲੀ ਕਰ ਰਹੇ, ਧੱਕਾ ਕਰ ਰਹੇ ਹੈ। ਹੁਣ ਉਹਦੇ ਵਿਰੋਧ 'ਚ ਆ ਕੇ ਸੜਕ 'ਤੇ ਆ ਕੇ ਬੈਠ ਗਈ, ਕੋਈ ਗੱਡੀ ਚੜ੍ਹ ਜਾਏ, ਕੁਛ ਹੋ ਜਾਏ, ਪਤਾ ਨਹੀਂ ਕੌਣ ਇਹਨੂੰ ਸਲਾਹ ਦੇ ਰਿਹਾ ਕਿ ਤੂੰ ਇੱਦਾਂ ਧਰਨਾ ਦੇ ਉੱਤੇ। ਇਹ ਗਲਤ ਸਟੈਪ ਚੱਕਿਆ ਇਹਨਾਂ ਨੇ, ਜਿਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਆਉਣਾ ਪਿਆ ਔਰ ਇਹਨਾਂ ਤੋਂ ਹਟਾਉਣਾ ਪਿਆ। ਇਹ ਸ਼ਰੇਆਮ ਗੁੰਡਾਗਰਦੀ ਵਾਲਾ ਕੰਮ ਹੈ ਵੀ ਦੇਖੋ, ਇੱਕ ਕਿਰਾਏਦਾਰ 30 ਸਾਲਾਂ ਤੋਂ ਜਿਹੜਾ ਰਹਿੰਦਾ ਪਿਆ ਬਿਨਾਂ ਕਿਰਾਏ ਦੇ, ਉਹ ਅੱਜ ਮਾਲਕ ਬਣਨੇ ਦੇ ਉਹ 'ਚ ਹੈ। ਜਿਹੜੇ ਬੰਦੇ, ਜਿਹੜੇ ਬਜ਼ੁਰਗਾਂ ਕੋਲ ਰਹਿੰਦੇ ਤੇ ਜਿਹੜੇ ਕਹਿੰਦੇ ਅਸੀਂ ਸੇਵਾ ਕਰਦੇ ਤੇ, ਉਹਨਾਂ ਨੇ ਕਦੀ ਇਹਨਾਂ 'ਤੇ ਕਿਰਾਇਆ ਨਹੀਂ ਲਿਆ। ਬਜ਼ੁਰਗ ਐਕਸਪਾਇਰ ਹੋ ਗਏ, ਜਦੋਂ ਪੂਰੇ ਹੋ ਗਏ ਉਹਦੇ ਘਰ ਦੇ ਜਿਹੜੇ ਬੱਚੇ ਆ 4 ਉਹ ਆਏ, ਉਹਨਾਂ ਨੇ ਆ ਕੇ ਉਹਦਾ ਦਾਹ ਸੰਸਕਾਰ ਕੀਤਾ। ਉਹ ਤੋਂ ਬਾਅਦ ਸਾਲ ਬਾਅਦ ਉਹਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਵੀ ਗੱਲ ਇਹ ਆ, ਹੁਣ ਤੁਸੀਂ ਮਕਾਨ ਵਿਹਲਾ ਕਰੋ। ਅਸੀਂ 4 ਭਰਾ ਆਏ, 4 ਭਰਾਵਾਂ ਨੇ ਆਪਸ 'ਚ ਵੰਡ ਕਰਨੀ। ਇਹਨਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ, ਵਿੱਚ ਕੁਛ ਕੁ ਸਾਡੇ ਉੱਥੇ ਦੇ ਲੋਕਲ ਜਿਹੜੇ ਹੈ ਪਤਵੰਤੇ ਸੱਜਣ, ਉਹਨਾਂ ਨੇ ਇਹਨਾਂ ਨੂੰ ਚੱਕ ਦਿੱਤੀ। ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਵੀ ਕੱਲ੍ਹ ਜੇ ਕਿਰਾਏ 'ਤੇ ਦਿੱਤੇ ਉਹ ਵਿਹਲੇ ਨਹੀਂ ਹੋਣੇ। ਇੰਨਾ ਗੁੰਡਾਗਰਦੀ ਵਾਲਾ ਆਲਮ ਹੈ ਅੱਜ ਜਿਹੜਾ ਇਹਨੇ ਕਰ ਰਹੀ ਹੈ। ਆਂਦਰਾ ਜੀ, ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜਿਹੜੇ ਕਿਰਾਏ ਮੇਨ ਮਾਰਕੀਟ ਦੀ ਕਰੀਏ ਦੁਕਾਨਾਂ ਤਾਂ ਆਪਾਂ ਇਹ ਕਹਿੰਦੇ, ਅਗਰ ਕਿਸੇ ਨੇ ਤੁਹਾਨੂੰ ਕਿਰਾਏ 'ਤੇ ਦੁਕਾਨ ਦਿੱਤੀ, ਜਿੱਦਾਂ ਦਿੱਤੀ ਉਦਾਂ ਕਿਤੇ ਕਰੋ, ਇੱਦਾਂ ਨਾ ਧੱਕਾ ਕਰੋ। ਮਾਲਕਾਂ ਨੇ ਮਾਲਕ ਹੀ ਰਹਿਣਾ, ਮਾਲਕਾਂ ਦੀ ਗੱਲ ਸੁਣ ਲਓ। ਮਾਲਕ ਜਿਹੜੇ ਤੇ ਉਹਨਾਂ ਨੇ ਕੋਰਟ ਕੇਸ ਕੀਤਾ, ਅੰਬਾਲੇ ਰਹਿੰਦੇ ਤੇ, ਉਹਦੇ ਬਾਅਦ ਉਹ ਕੋਟੀਆਂ ਦੇ ਪਾ ਕੇ ਵੇਚਦੇ ਜਗ੍ਹਾ, ਜਿਹੜੇ ਅੱਗੇ ਜਗ੍ਹਾ ਜਿਹਨਾਂ ਨੇ ਲਈ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ 3 ਮਰਲੇ ਦਾ ਪਲਾਟ ਤੁਸੀਂ ਜਾਂ 5 ਮਰਲੇ ਦਾ ਪਲਾਟ ਸਾਡਾ ਮਾਨਕਪੁਰ ਪਿਆ ਵਾ, ਉਹ ਤੁਸੀਂ ਲੈ ਲਓ ਤਾਂ ਜੋ ਇਹਦਾ ਮਟੀਰੀਅਲ ਆ ਉਹ ਚੱਕ ਕੇ ਲੈ ਜਾਓ ਅਤੇ ਇਹਨੂੰ ਵਿਹਲਾ ਕਰੋ। ਕਹਿੰਦੀ ਅਸੀਂ ਇਹ ਵਿਹਲਾ ਨਹੀਂ ਕਰਨਾ, ਇਹਨੇ ਇਹਦੀ ਬਲਡਿੰਗ ਅਸੀਂ ਇੱਥੇ ਮਰਨਾ, ਅਸੀਂ ਵਿਹਲਾ ਨਹੀਂ ਕਰਨਾ। ਕੋਰਟ 'ਚ ਇੱਥੇ ਲੋਕਲ ਕੋਰਟ 'ਚ ਹਾਰ ਗਏ ਵੇ, ਅੱਗੇ ਇਹਨਾਂ ਨੇ ਅਪੀਲ ਪਾਈ ਵੀ, ਉਸ ਤੋਂ ਬਾਅਦ ਜਿਹੜੀ ਖਾਲੀ ਜਗ੍ਹਾ ਗਈ ਅੱਜ ਉਹ ਮਾਲਕ ਉੱਥੇ ਉਸਾਰੀ ਕਰਾਉਣ ਲੱਗੇ, ਇਹ ਜਾ ਕੇ ਉੱਥੇ ਲੰਮੀ ਪੈ ਗਈ। ਉਸ ਤੋਂ ਬਾਅਦ ਕਿਸੇ ਨੇ ਇਹਨੂੰ ਚੱਕਿਆ ਕੇ ਸੜਕ 'ਚ ਬੈਠ ਗਈ, ਦਮ ਲਾਇਆ, ਇੱਥੇ ਪਰਚਾ ਕੀਤਾ ਜਾਵੇ ਔਰ ਮਾਲਕਾਂ ਨੂੰ ਇਨਸਾਫ ਦਵਾਇਆ ਜਾਵੇ। ਧੰਨਵਾਦ।